indiantimesdaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਮਰੀਕਾ ਦੇ 10 ਮੁੱਖ ਖਬਰਾਂ ਹਨ। 13 ਫੈਡਰਲ ਏਜੰਸੀਜ਼ ਦੁਆਰਾ ਮੇਜਰ ਕਲਾਈਮੇਟ ਚੇਂਜ ਰਿਪੋਰਟ ਨੂੰ ਵਾਈਟ ਹਾਊਸ ਨੇ ਅਣਦੇਖਾ ਕਰਨ ਦਾ ਸੋਚਿਆ ਹੈ। ਪ੍ਰਿੰਸੀਪਲ ਡੈਪਿਊਟੀ ਪ੍ਰੈਸ ਸੈਕਟਰੀ ਰਾਜ ਸ਼ਾਹ ਨੇ ਕਿਹਾ ਹੈ ਕਿ ਰਿਪੋਰਟ ਇਹ ਧਿਆਨ ਵਿੱਚ ਰੱਖ ਕੇ ਨਹੀਂ ਬਣਾਇਆ ਗਿਆ ਹੈ ਕਿ ਅਰਥ ਦਾ ਕਲਾਈਮੇਟ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਲੈ ਕੇ ਕਿੰਨਾ ਨਾਜ਼ੁਕ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੀ 11 ਦਿਨ ਦੇ ਏਸ਼ੀਆ ਟ੍ਰਿਪ ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਕਿ ਪਿਛਲੇ 25 ਸਾਲ ਵਿੱਚ ਕਿਸੇ ਵੀ ਯੂਐਸ ਪ੍ਰੈਜ਼ੀਡੈਂਟ ਦੇ ਦੁਆਰਾ ਸਭ ਤੋਂ ਲੰਬਾ ਟ੍ਰਿਪ ਹੈ। ਟਰੰਪ ਸਾਊਥ ਕੋਰੀਆ ਅਤੇ ਜਾਪਾਨ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੋਚ ਰਹੇ ਹਨ ਅਤੇ ਚਾਈਨਾ ਉੱਤੇ ਦਬਾਅ ਬਣਾਉਣ ਵਾਲੇ ਹਨ ਕਿ ਉਹ ਪਿਓਂਗਯਾਂਗ ਦੇ ਖਿਲਾਫ ਖੜੇ ਹੋਣ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕੈਂਪੇਨ ਦੇ ਚੇਅਰਮੈਨ ਪੌਲ ਮੈਨਾਫੋਰਟ ਦਾ ਟ੍ਰਾਇਲ ਮਈ 2018 ਤੋਂ ਸ਼ੁਰੂ ਹੋ ਸਕਦਾ ਹੈ। ਮੈਨਾਫੋਰਟ ਦੇ ਅਟਾਰਨੀ ਨੇ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਚਾਰਜਸ ਨੂੰ ਲੀਗਲ ਬੇਸਿਸ ਉੱਤੇ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ ਅਤੇ ਨਾਲ ਹੀ ਉਹਨਾਂ ਐਵੀਡੈਂਸ ਨੂੰ ਵੀ ਜਿਨ੍ਹਾਂ ਨੂੰ ਸਰਚ ਵਾਰੰਟ ਅਤੇ ਸਪੀਨਾ ਦੇ ਜ਼ਰੀਏ ਹਾਸਲ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਊਦੀ ਅਰੇਬੀਆ ਨੂੰ ਉਕਸਾ ਰਹੇ ਹਨ ਕਿ ਉਹ ਅਰੈਮਕੋ ਦੇ ਇਨੀਸ਼ੀਅਲ ਪਬਲਿਕ ਆਫਰਿੰਗ ਦੇ ਲਈ ਨਿਊ ਸਟਾਕ ਐਕਸਚੇਂਜ ਨੂੰ ਚੁਣਨ। ਅਰੈਮਕੋ ਸੋਚ ਰਹੇ ਹਨ ਕਿ ਉਹ ਆਪਣੇ 5% ਸ਼ੇਅਰਸ ਕਿਸੇ ਫੋਰਨ ਸਟਾਕ ਐਕਸਚੇਂਜ ਉੱਤੇ ਦੇਣ, ਪਰ ਕਿਸ ਤੇ ਦੇਣ ਉਹ ਅਜੇ ਤੱਕ ਸੋਚਿਆ ਨਹੀਂ। ਇੱਕ ਸਸਪੈਕਟ ਜਿਸ ਨੂੰ ਯੂਐਸ ਫੋਰਸਿਸ ਨੇ 2012 ਵਿੱਚ ਲਿਬੀਆ ਵਿੱਚ ਫੜਿਆ, ਬੈਨਗਾਜ਼ੀ ਅਟੈਕ ਵਿੱਚ ਉਸਦੇ ਯੋਗਦਾਨ ਦੇ ਲਈ ਉਸਨੂੰ ਬਿਨਾਂ ਕਿਸੇ ਬੌਂਡ ਦੇ ਡਿਸਟ੍ਰਿਕਟ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਮੁਸਤਫਾ ਅਲ ਇਮਾਮ ਉੱਤੇ 3 ਫੈਲੋਨੀ ਆਫੈਂਸਿਸ ਦਾ ਚਾਰਜ ਲਗਾਇਆ ਗਿਆ ਹੈ, ਜਿਸ ਵਿੱਚ 2 ਵਿੱਚ ਮੈਕਸਿਮਮ ਸਜ਼ਾ ਲਾਈਫ ਇੰਪ੍ਰਿਜ਼ਨਮੈਂਟ ਦੀ ਹੈ। ਫੈਡਰਲ ਗਵਰਨਮੈਂਟ ਦੇ DACA ਪ੍ਰੋਗਰਾਮ ਨੂੰ ਬੰਦ ਕਰਨ ਦੇ ਫੈਸਲੇ ਦੇ ਖਿਲਾਫ ਪ੍ਰਿੰਸਟਨ ਯੂਨੀਵਰਸਿਟੀ ਅਤੇ ਮਾਈਕਰੋਸਾਫਟ ਨੇ ਇੱਕ ਲਾਸੂਟ ਫਾਈਲ ਕੀਤਾ ਹੈ। ਪਲੇਂਟਿਵਸ ਨੇ ਦਾਅਵਾ ਕੀਤਾ ਹੈ ਕਿ ਗਵਰਨਮੈਂਟ ਦੇ ਕਦਮ ਤੋਂ US ਕਨਸਟੀਟਿਊਸ਼ਨ ਦੇ 5th ਅਮੈਂਡਮੈਂਟ ਦੇ ਡਿਊ ਪ੍ਰੋਸੈਸ ਕਲੌਜ਼ ਦਾ ਉਲੰਘਨ ਕੀਤਾ ਹੈ, ਜਿਸ ਵਿੱਚ ਲਾਅ ਦੇ ਇਕੁਅਲ ਪ੍ਰੋਡਕਸ਼ਨ ਗਾਰੰਟੀ ਵੀ ਸ਼ਾਮਲ ਹੈ। ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਦੇ ਅਸਾਸੀਨੇਸ਼ਨ ਦੇ ਡਾਕੂਮੈਂਟਸ ਦੇ ਜੋ ਨਵੇਂ ਬੈਚ ਰਿਲੀਜ਼ ਕੀਤੇ ਗਏ ਹਨ, ਉਸ ਵਿੱਚ ਇੱਕ ਸੀਕ੍ਰੈਟ FBI ਅਨਾਲਿਸਿਸ ਵਿੱਚ ਸਿਵਲ ਰਾਈਟਸ ਲੀਡਰ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਇਆ ਹੈ। ਇਸ 20 ਪੇਜ ਦੇ ਡਾਕੂਮੈਂਟਸ ਵਿੱਚ ਸਿਵਲ ਰਾਈਟ ਲੀਡਰਸ ਨੂੰ ਅਣਅਟ ਕਮਿਊਨਿਸਟ ਇਨਫਲੂਐਂਸ ਕਰਦੇ ਹੋਏ ਦਰਸਾਇਆ ਗਿਆ ਹੈ। 1957 ਵਿੱਚ ਉਹ 5ਵੇਂ ਮੀਰਰ ਦਾ ਕਾਸਟਿੰਗ ਪ੍ਰੋਸੈਸ ਸ਼ੁਰੂ ਹੋ ਗਿਆ ਹੈ, ਜੋ ਕਿ ਵਰਲਡ ਦਾ ਸਭ ਤੋਂ ਵੱਡਾ ਟੈਲੀਸਕੋਪ ਬਣਾ ਰਿਹਾ ਹੈ। ਦ ਜੁਆਇੰਟ ਮੈਗਲਿਨ ਟੈਲੀਸਕੋਪ ਆਰਗਨਾਈਜੇਸ਼ਨ ਨੇ ਕਿਹਾ ਹੈ ਕਿ ਇਹਨਾਂ ਜੁਆਇੰਟ ਮੀਰਰਸ ਨੂੰ ਕਾਸਟ ਕਰਨ ਦੇ ਪ੍ਰੋਸੈਸ ਵਿੱਚ 20 ਟਨ ਕੱਚਾ ਨੂੰ ਇੱਕ ਸਪਿਨਿੰਗ ਫਰਨੇਸ ਵਿੱਚ ਮੈਲਟ ਕਰਨਾ ਸ਼ਾਮਿਲ ਹੈ। ਫੇਸਬੁੱਕ ਨੇ ਮੰਨਿਆ ਹੈ ਕਿ ਉਹਨਾਂ ਦੇ ਪਲੇਟਫਾਰਮ ਵਿੱਚ ਕਰੀਬ 270 ਮਿਲੀਅਨ ਅਕਾਊਂਟਸ ਜਾਂ ਤਾਂ ਫੇਕ ਹਨ ਜਾਂ ਤਾਂ ਡੁਪਲੀਕੇਟ ਹਨ। ਇਸ ਤੋਂ ਇਸ ਸੋਸ਼ਲ ਮੀਡੀਆ ਪਲੇਟਫਾਰਮ ਦਾ ਜਾਂਚ ਹੋਰ ਵੱਧ ਜਾਵੇਗਾ, ਜੋ ਕਿ ਪਹਿਲਾਂ ਤੋਂ ਹੀ ਜਾਂਚ ਵਿੱਚ ਹੈ, ਕਿਉਂਕਿ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਪਲੇਟਫਾਰਮ ਦਾ ਰਸ਼ੀਅਨ ਕੰਟੈਂਟ ਦੱਸੇ ਗਏ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਿਆ ਹੈ। ਐਲਮੋ ਆਬਜ਼ਰਵੇਟਰੀ ਦੇ ਐਸਟ੍ਰੋਨੋਮਰਸ ਨੇ ਅਰਥ ਦੇ ਸਭ ਤੋਂ ਨਜ਼ਦੀਕੀ ਸਟਾਰ ਦੇ ਨੇੜੇ ਕੋਲ ਡਸਟ ਪਾਇਆ ਹੈ। ਇਹਨਾਂ ਰਿਜ਼ਲਟ ਤੋਂ ਇਵੇਂ ਲੱਗ ਰਿਹਾ ਹੈ ਕਿ ਪ੍ਰੋਕਸੀਮਾ ਸੈਂਚੁਰੀ ਮਲਟੀਪਲ ਪਲੈਨਟ ਸਿਸਟਮ ਵਿੱਚ ਹੋਵੇਗਾ ਅਤੇ ਇਸਦਾ ਬਹੁਤ ਹੀ ਵੱਡਾ ਇਤਿਹਾਸ ਹੈ, ਜਿਸ ਦੀ ਵਜ੍ਹਾ ਤੋਂ ਡਸਟ ਬੈਲਟ ਬਣਿਆ ਹੈ। ਇਸ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਗ ਇਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਾਰਮਸ ਤੋਂ ਲੈ ਕੇ ਵੈਡਿੰਗ ਪਲਾਨਸ ਤੱਕ ਸਾਰੇ ਅਮੈਰੀਕਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ।